ਰਿਫਿਊਜ਼ਲ ਵਾਲੇ ਬਹੁਤ ਸਾਰੇ ਸਟੂਡੈਂਟ ਨੇ ਸਰ ਜਿਨ੍ਹਾਂ ਦੀ ਰਿਫਿਊਜ਼ਲ ਆਈ ਹੈ, ਜਿਵੇਂ ਹੁਣੇ ਕਾਲ ਸੀਗੀ, ਕਈ ਇਸ ਤਰ੍ਹਾਂ ਦੇ ਵੀ ਨੇ ਜੋ ਕਮੈਂਟ ਕਰਦੇ ਆ ਕਿ ਦੋ ਦੋ ਵਾਰੀ ਰਿਫਿਊਜ਼ਲ ਆ ਗਈ, ਦੋ ਵਾਰੀ ਇੰਟਰਵਿਊ ਦੇਣ ਗਏ, ਦੋਨੇ ਵਾਰੀ ਰਿਫਿਊਜ਼ਲ ਆ ਗਈ, ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿ ਤੀਜੀ ਵਾਰ ਉਹਨਾਂ ਨੂੰ ਕੰਟਰੀ ਚੇਂਜ ਕਰ ਲੈਣੀ ਚਾਹੀਦੀ ਜਾਂ ਫਿਰ USA ਲਈ ਹੀ ਟਰਾਈ ਕਰ ਲੈਣ? ਦੇਖੋ, ਇਹ ਡਿਪੈਂਡ ਹੈ ਕਿ ਜਿਹੜੀ ਰਿਫਿਊਜ਼ਲ ਆਈ ਕਿਉਂ ਹੈ। ਦਿੱਕਤ ਕਿੱਥੇ ਹੁੰਦੀ ਹੈ ਕਿ ਜਦੋਂ USA ਦਾ ਕਹਿੰਦਾ ਵੀ ਹਰ ਇੱਕ ਚੀਜ਼ ਦੇ ਕੁਛ ਗੁਣ ਅਤੇ ਕੁਛ ਅਵਗੁਣ ਹੁੰਦੇ ਨੇ, ਮੈਰਿਟ ਐਂਡ ਡੀਮੈਰਿਟਸ ਹੁੰਦੀਆਂ। USA ਕੰਟਰੀ 'ਚ ਜਾ ਕੇ ਬੱਚਾ ਆਪਣਾ ਫਿਊਚਰ ਸੈੱਟ ਕਰ ਲੈਂਦਾ, ਬਟ ਜਦੋਂ ਤੱਕ ਉਹ ਅੰਬੈਸੀ ਵਿੱਚ ਹੈ, ਇੱਕ ਨੈਗੇਟਿਵ ਚੀਜ਼ ਕੀ ਹੈ ਕਿ ਹਰ ਇੱਕ ਬੱਚੇ ਨੂੰ ਉਹਨਾਂ ਨੇ ਜਿਹੜਾ 214B ਇੱਕ ਲੈਟਰ ਦੇਣਾ, ਰਿਫਿਊਜ਼ਲ ਲੈਟਰ। ਉਹਦੇ ਵਿੱਚ ਜਿਹੜੀ ਕੰਡੀਸ਼ਨ ਸਾਰੇ ਵਾਸਤੇ ਸੇਮ ਹੈ ਵੀ ਇਹ ਚੀਜ਼ ਹੈ, ਪਰ ਬੱਚੇ ਨੂੰ ਪਤਾ ਨਹੀਂ ਚੱਲਦਾ ਕਿ ਉਹਦੀ ਰਿਫਿਊਜ਼ਲ ਕੀ ਹੈ, ਕੀ ਰੀਜ਼ਨ ਕੀ ਹੈ। ਇਹ ਸਾਰਾ ਡਿਪੈਂਡ ਹੁੰਦਾ ਜਿਹੜਾ ਤੁਹਾਡਾ DS-160 ਫੋਰਮ ਭਰਿਆ ਜਾਂਦਾ ਹੈ, ਉਹਦੇ ਵਿੱਚ ਡਿਟੇਲ ਹੈ ਵੀ ਤੁਸੀਂ ਇੱਕ ਤਾਂ ਫੰਡਸ ਕਿਵੇਂ ਤੁਸੀਂ ਸ਼ੋਅ ਕਰਵਾਏ ਨੇ, ਤੁਹਾਡਾ ਪ੍ਰੋਫਾਈਲ ਕੀ ਸੀ, ਤੁਹਾਡੇ ਪ੍ਰੋਫਾਈਲ ਦੇ ਅਕੋਰਡਿੰਗ ਤੁਹਾਨੂੰ ਯੂਨੀਵਰਸਿਟੀ ਮਿਲੀ ਕਿ ਨਹੀਂ ਮਿਲੀ, ਜਿਹੜੀ ਯੂਨੀਵਰਸਿਟੀ ਮਿਲੀ ਉਹਦੀ ਰੈਂਕਿੰਗ ਕੀ ਸੀ। ਇਹ ਨਹੀਂ ਹੈ ਕਿ ਤੁਸੀਂ USA ਜਾ ਰਹੇ ਹੋ ਅਤੇ ਕੁਛ ਮਾਮੂਲੀ ਜੇ ਕਿਸੇ ਕਾਲਜ ਦੀ ਤੁਸੀਂ I-20 ਲੈ ਕੇ ਅੰਬੈਸੀ ਜਾ ਰਹੇ ਹੋ ਤਾਂ ਵੀਜ਼ਾ ਨਹੀਂ ਆਉਣਾ, ਕਿਉਂਕਿ ਜਦੋਂ ਤੁਸੀਂ ਪੜ੍ਹਨ ਦੀ ਗੱਲ ਕਰ ਰਹੇ ਹੋ, ਆਪਣਾ ਭਵਿੱਖ ਉਜਵਲ ਕਰਨ ਦੀ ਗੱਲ ਕਰ ਰਹੇ ਹੋ, ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਣ ਦੀ ਗੱਲ ਕਰ ਰਹੇ ਹੋ, ਨੈਚੁਰਲ ਗੱਲ ਹੈ ਤੁਸੀਂ ਆਪਣੇ ਫਿਊਚਰ ਨੂੰ ਲੈ ਕੇ ਬਹੁਤ ਸੀਰੀਅਸ ਹੋ, ਤਾਂ ਤੁਸੀਂ ਰਿਸਰਚ ਜ਼ਰੂਰ ਕਰੋਗੇ। ਅਤੇ ਜਿਹੜੀ ਯੂਨੀਵਰਸਿਟੀ ਵਿੱਚ ਤੁਸੀਂ ਪੜ੍ਹਨ ਜਾ ਰਹੇ ਹੋ, ਤੁਹਾਡੀ ਉਸ ਯੂਨੀਵਰਸਿਟੀ ਬਾਰੇ ਰਿਸਰਚ ਕੀ ਹੈ, ਉਸ ਏਰੀਏ ਬਾਰੇ ਰਿਸਰਚ ਕੀ ਹੈ, ਜਿਹੜੇ ਤੁਸੀਂ ਫੰਡ ਸ਼ੋ ਕਰਵਾਏ ਨੇ ਉਹ ਫੰਡਸ ਦੀ ਫੋਰਮ ਕੀ ਹੈ। ਇਹ ਤਾਂ ਨਹੀਂ ਹੈ ਵੀ ਅੱਜ ਤੁਸੀਂ ਕੀਤਾ ਜੀ ਇੱਕ FD ਦੀ ਕਾਪੀ ਲੈ ਕੇ ਤੁਸੀਂ ਅੰਬੈਸੀ 'ਚ ਜਾ ਰਹੇ ਹੋ, ਤੁਹਾਨੂੰ ਪਤਾ ਵੀ ਨਹੀਂ ਉਹ ਪਰਸਨ ਕੌਣ ਹੈ, ਉਹ ਚੀਜ਼ 'ਤੇ ਵੀਜ਼ਾ ਨਹੀਂ ਆਊਗਾ। ਫੰਡਸ ਆਪਣੇ ਜੈਨੂਅਨ ਰੱਖੋ, ਤੁਹਾਡੇ ਅਕਾਊਂਟ ਦੇ ਵਿੱਚ ਹੋਣੇ ਚਾਹੀਦੇ ਨੇ, ਉਹ ਅਕਾਊਂਟ ਜਿਹਦੇ ਵਿੱਚ ਟ੍ਰਾਂਜੈਕਸ਼ਨਾਂ ਹੋ ਰਹੀਆਂ, ਜਿਹਦੇ ਵਿੱਚੋਂ ਤੁਸੀਂ ਖਰਚਾ ਕਰ ਰਹੇ ਹੋ। ਅੰਬੈਸੀ ਪਾਗਲ ਨਹੀਂ ਹੈਗੀ, ਉਹਨੂੰ ਹਰ ਇੱਕ ਚੀਜ਼ ਦਾ ਪਤਾ ਹੈ ਕਿ ਇਹ ਫੰਡਸ ਤੁਸੀਂ ਇੱਕ ਦਿਨ ਪੁਰਾਣੇ ਲੈ ਲਏ, ਕਿੱਥੋਂ ਆ ਗਏ, ਜਾਂ ਫਿਰ ਕੋਈ ਥਰਡ ਪਰਸਨ ਤੁਹਾਨੂੰ ਸਪੋਂਸਰ ਕਰ ਰਿਹਾ, ਉਹਦੇ ਬਿਹਾਫ 'ਤੇ ਵੀਜ਼ਾ ਨਹੀਂ ਆਉਣਾ। ਜੇ ਤੁਹਾਡਾ ਦੋ ਵਾਰੀ ਰਿਫਿਊਜ਼ ਹੋ ਗਿਆ, ਨੈਗੇਟਿਵ ਕੋਈ ਨਹੀਂ ਹੈਗਾ, ਪਰ ਤੁਹਾਡੇ ਪ੍ਰੋਫਾਈਲ ਦੇ ਅਕੋਰਡਿੰਗ ਕਿ ਤੁਹਾਡਾ ਪਹਿਲਾਂ ਪ੍ਰੋਫਾਈਲ ਕੀ ਲੱਗਿਆ, ਜੇ ਤਾਂ ਕਿਸੇ ਚੀਜ਼ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਤਾਂ ਤੁਸੀਂ ਸਾਨੂੰ ਕੰਟੈਕਟ ਕਰੋ, ਉਹ ਅਸੀਂ ਤੁਹਾਡਾ ਇੱਕ ਫੋਰਮ ਦੇਖ ਕੇ, ਬੈਕ ਹਿਸਟਰੀ ਦੇਖ ਕੇ ਦੇਖਾਂਗੇ ਜੇ ਉਹਨੂੰ ਅਸੀਂ ਕੰਪਲੀਟ ਕਰ ਸਕਦੇ ਹਾਂ। ਕੰਪਲੀਟ ਕਰਨ ਦਾ ਮਤਲਬ ਕਿ ਜੇ ਤੁਸੀਂ ਉਹਨੂੰ ਪ੍ਰਜੈਂਟ ਕਰਨ 'ਚ ਕੋਈ ਤੁਹਾਡੇ ਕੋਲ ਕਮੀ ਪੇਸ਼ੀ ਹੋਈ ਹੈ ਤਾਂ ਉਹਨੂੰ ਅਸੀਂ ਅਪਡੇਟ ਕਰਕੇ ਇੱਕ ਅੱਛੇ ਤਰੀਕੇ ਨਾਲ ਪ੍ਰਜੈਂਟ ਕਰ ਸਕਦੇ ਹਾਂ, ਕਿਉਂਕਿ ਪ੍ਰਜੈਂਟੇਸ਼ਨ ਹੀ ਸਭ ਕੁਝ ਹੈ। ਪਰ ਜੇ ਤੁਹਾਡੀ ਰਿਫਿਊਜ਼ਲ ਕਿਸੇ ਫੇਕ ਡਾਕੂਮੈਂਟ ਕਰਕੇ ਆਈ ਹੈ ਜਾਂ ਫਿਰ ਤੁਸੀਂ ਮਿਸਲੀਡਿੰਗ ਇਨਫੋਰਮੇਸ਼ਨ ਦਿੱਤੀ ਹੈ, ਤਾਂ ਫਿਰ ਤੁਹਾਨੂੰ ਕੰਟਰੀ ਚੇਂਜ ਕਰਕੇ ਹੀ ਬੈਨੀਫਿਟ ਹੈ, ਤੁਹਾਨੂੰ ਵਾਰ ਵਾਰ ਅਪਲਾਈ ਕਰੋਗੇ ਤਾਂ ਤੁਹਾਡੇ ਵਾਰ ਵਾਰ ਰਿਫਿਊਜ਼ਲ ਹੀ ਆਏਗੀ। ਕਾਲਰ ਨੇ ਸਾਡੇ ਨਾਲ ਕਾਲ ਲੈ ਲੈਣੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂਜੀ ਪੂਨਮ ਜੀ, ਬਤਾਈਏ, ਆਪ ਆਪਣੀ ਪ੍ਰੋਫਾਈਲ ਬਤਾਏ ਔਰ ਸਵਾਲ ਬਤਾਏ। ओके देखो, इसमें यही चीज है, अगर तो आप चंडीगढ़ आ सकते हो, रह सकते हो, तो आप हम आपको फेस टू फेस भी उसकी प्रेपरेशन करवा सकते हैं। बट अगर आप बठिंडा रहना चाहते हो तो हमारी ऑनलाइन क्लासेस होती हैं, हमारी एक सेपरेट टीम है जो आपका पहले प्रोफाइल सारा नोट करके, आपकी फैमिली डिटेल लेके, उसके अकॉर्डिंग आपके न्यू क्वेश्चनियर बनेंगे और आपकी तैयारी करवाई जाएगी। इट मीन हमारी एक पर्सनल टीम है, सेपरेट टीम है, जो आपको इंटरव्यू प्रेपरेशन में प्रॉपर हेल्प करती है। आपने कैसे बोलना है, क्या आपकी पर्सनैलिटी में चेंज करना है, कैसा आपका ड्रेसिंग सेंस होना चाहिए, कौन कौन से क्वेश्चन आपके स्टडी से रिलेटेड होने चाहिए, कौन कौन से आपके क्वेश्चन आपके बेसिक एंड पर्सनल भी होने चाहिए, एंड आपका सोशल मीडिया, मैं बार बार यही चीज़ बोलता हूँ, सोशल मीडिया से रिलेटेड हर एक चीज़ को हम नोट करके फिर ही आपको हाई कमीशन में अपीयर करवाते हैं, उसकी आप वरी मत कीजिए।
ਬਿਲਕੁਲ, ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਇੰਟਰਵਿਊ ਤੋਂ ਘਬਰਾਉਂਦੇ ਆ ਵੀ ਜੇ USA ਜਾਣਾ ਤਾਂ ਇੰਟਰਵਿਊ ਨੂੰ ਦੇਣਾ ਪੈਣਾ। ਵੱਡੀ ਚੀਜ਼ ਨਹੀਂ ਹੈ ਇਹੀ ਚੀਜ਼ ਨਾ, ਇੱਕ ਹਵਾ ਬਣਾ ਦਿੱਤਾ ਜਾਂਦਾ ਹੈ ਇੰਟਰਵਿਊ ਨੂੰ। ਜੇ ਆਪਾਂ ਬੇਸਿਕਲੀ ਡਿਵਾਈਡ ਕਰੀਏ ਦੋ ਵਰਡ 'ਚ, ਇਟਸ ਇੰਟਰ ਪਲੱਸ ਵਿਊ, ਆਪਣਾ ਆਪਣੇ ਬਾਰੇ ਦੱਸਣਾ। ਜਿਹੜਾ ਬੰਦਾ ਆਪਣੇ ਬਾਰੇ ਹੀ ਨਹੀਂ ਦੱਸ ਸਕਦਾ ਸ਼ਾਇਦ ਉਹਨੂੰ ਬਾਹਰ ਜਾਣ ਦਾ ਹੀ ਕੋਈ ਹੱਕ ਨਹੀਂ ਹੈਗਾ। ਦੂਸਰੀ ਕੰਟਰੀਆਂ ਨਾਲੋਂ USA ਦੀ ਕਿਸੇ ਚੀਜ਼ ਅੱਛੀ ਤਾਂ ਹੈਗੀ ਹੈ, ਉਹ ਮੌਕਾ ਤਾਂ ਦੇ ਰਹੀ ਹੈ ਤੁਹਾਨੂੰ ਆਪਣੇ ਬਾਰੇ ਦੱਸਣ ਦਾ ਵੀ ਉਹ ਤੁਹਾਨੂੰ ਕਿਉਂ ਵੀਜ਼ਾ ਦੇਣਾ। ਤੁਸੀਂ ਆਸਟ੍ਰੇਲੀਆ ਅਪਲਾਈ ਕਰ ਲਓ, ਤੁਸੀਂ ਕੈਨੇਡਾ ਕਰ ਲਓ, ਤੁਸੀਂ ਨਿਊਜ਼ੀਲੈਂਡ ਕਰ ਲਓ, ਸਿੰਪਲੀ ਤੁਹਾਨੂੰ ਰਿਫਿਊਜ਼ਲ ਲੈਟਰ ਆ ਜਾਣਾ ਜਾਂ ਫਿਰ ਵੀਜ਼ਾ ਆ ਜਾਣਾ, ਕੋਈ ਤੁਹਾਡੇ ਕੋਲ ਕੁਐਸਚਨ ਨਹੀਂ ਹੋਣਾ, ਕੋਈ ਤੁਹਾਡੇ ਕੋਲ ਅਪੀਅਰ ਨਹੀਂ ਲਿਖਣ ਜਾਣਾ। ਇੱਥੇ ਤੁਹਾਨੂੰ ਇਹ ਤਾਂ ਹੈ ਵੀ ਤੁਹਾਡੇ ਬਾਰੇ ਪੁੱਛਿਆ ਤਾਂ ਜਾਂਦਾ ਵੀ ਤੁਹਾਨੂੰ ਅਸੀਂ ਵੀਜ਼ਾ ਕਿਉਂ ਦਈਏ। ਜੇ ਤੁਸੀਂ ਉਹਨਾਂ ਨੂੰ ਸੈਟਿਸਫਾਈ ਕਰਤਾ ਤਾਂ ਤੁਹਾਨੂੰ ਈਜ਼ਲੀ ਵੀਜ਼ਾ ਮਿਲ ਜਾਣਾ। ਬਸ ਸਭ ਕੁਝ ਡਿਪੈਂਡ ਹੈ ਤੁਹਾਡੇ ਐਟੀਟਿਊਡ 'ਤੇ, ਐਟੀਟਿਊਡ ਹਮੇਸ਼ਾ ਪੋਜ਼ਿਟਿਵ ਹੋਣਾ ਚਾਹੀਦਾ ਹੈ। ਉਹ ਜੇ ਤੁਹਾਡਾ ਪੋਜ਼ਿਟਿਵ ਐਟੀਟਿਊਡ ਹੈ, ਤੁਹਾਨੂੰ ਨੌਲੇਜ ਹੈ, ਕਮਿਊਨੀਕੇਸ਼ਨ ਸਕਿੱਲ ਹੈਗੀ ਹੈ, ਤੁਹਾਡੀ ਗੱਲ ਅੱਛੇ ਤਰੀਕੇ ਨਾਲ ਕਰ ਸਕਦੇ ਹੋ, ਪ੍ਰੋਫਾਈਲ ਬੈਸਟ ਹੈ, ਤਾਂ ਤੁਹਾਨੂੰ ਵੀਜ਼ਾ ਲੈਣ 'ਚ ਬਿਲਕੁਲ ਵੀ ਦਿੱਕਤ ਨਹੀਂ ਆਊਗੀ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਹੈਲੋ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂਜੀ ਲਵ ਜੀ, ਦੱਸੋ ਆਪਣੀ ਪ੍ਰੋਫਾਈਲ ਤੇ ਸਵਾਲ ਦੱਸੋ। ਹਾਂਜੀ ਮੈਂ ਜੀ ਪਲੱਸ 2 ਕੀਤੀ ਹੋਈ ਹੈ ਜੀ। ਕਿਹੜੇ ਸਾਲ 'ਚ ਜੀ? 23 'ਚ। ਓਕੇ ਜੀ, ਇਸ ਵਾਰ 23 ਵਾਲੀ ਪ੍ਰੋਫਾਈਲ ਜ਼ਿਆਦਾ ਆ ਰਹੇ ਹੈ। ਹਾਂਜੀ ਹਾਂਜੀ ਹਾਂਜੀ, ਤੇ ਇਹਦੇ ਲਈ ਮੈਨੂੰ ਹੁਣੇ ਦੱਸੋ ਜੀ, ਫੰਡ ਫੰਡ ਦਾ ਕੀ ਕੀ ਹੁੰਦਾ ਜੀ? ਜੀ ਪਲੱਸ 2 ਕੀਤੀ 23 'ਚ ਜੀ। ਪਲੱਸ 2 ਤੁਸੀਂ ਕਿਹੜੇ ਸਟ੍ਰੀਮ 'ਚ ਕੀਤੀ ਹੈ ਜੀ? ਨੌਨ ਮੈਡੀਕਲ ਤੋਂ। ਨੌਨ ਮੈਡ ਤੇ ਆਇਲਸ ਪੀਟੀ ਕੁਝ ਕੀਤਾ ਹੈ? ਨਹੀਂ ਨਹੀਂ, ਮੈਂ ਸੁਣਿਆ ਸੀ USA 'ਚ ਕਹਿੰਦੇ ਵਿਦਆਊਟ ਆਇਲਸ ਪੀਟੀ ਹੋ ਜਾਂਦਾ ਨਾ। ਹਾਂ, ਤੁਹਾਡੇ ਇੰਗਲਿਸ਼ ਵਿੱਚ ਕਿੰਨੇ ਨੰਬਰ ਹੈ? ਉੱਚੇ 78। ਓ ਦੱਸ ਟੂ ਗੁੱਡ, ਓਕੇ। ਤੇ ਫਾਦਰ ਸਾਹਿਬ ਕੀ ਕਰਦੇ ਨੇ ਤੁਹਾਡੇ? ਜੀ ਫਾਰਮਰ ਨੇ। ਫਾਰਮਰ, ਤੇ ਤੁਹਾਡਾ ਫਿਊਚਰ ਤੁਸੀਂ ਕੀ ਸੋਚ ਰਹੇ ਹੋ, ਕਿਹੜਾ ਕੋਰਸ ਤੁਸੀਂ ਲੈਣਾ ਚਾਹੁੰਦੇ ਹੋ? ਕੰਪਿਊਟਰ ਇਨਫੋਰਮੇਸ਼ਨ 'ਚ ਜਾਣਾ ਚਾਹੁੰਦੇ ਹੋ, IT ਦਾ ਲੈਣਾ ਚਾਹੁੰਦੇ ਹੋ, ਰੋਬੋਟਿਕ ਦਾ ਲੈਣਾ ਚਾਹੁੰਦੇ ਹੋ? ਕਿਉਂਕਿ ਹਰ ਇੱਕ ਕੋਰਸ ਦੀ, ਹਰ ਇੱਕ ਯੂਨੀਵਰਸਿਟੀ ਦੀ ਫੀਸ ਅਲੱਗ ਹੈ, ਜਿੰਨੀ ਫੀਸ ਹੋਏਗੀ ਉਹਦੇ ਅਕੋਰਡਿੰਗ ਫੰਡ ਸ਼ੋਅ ਕਰਵਾਉਣੇ ਪੈਣੇ ਆ। ਦੇਖੋ ਜੇ ਕੰਪਿਊਟਰ ਦੀ ਆਪਾਂ ਗੱਲ ਕਰਦੇ ਪਏ ਹਾਂ, ਜਿਹੜੀ ਐਸਟੇ ਯੂਨੀਵਰਸਿਟੀ ਹੈ ਉਹਦੇ ਵਿੱਚ ਜਿਹੜੀ ਤੁਸੀਂ ਤੁਹਾਡੀ ਟਿਊਸ਼ਨ ਫੀਸ ਰਹੀ ਉਹ ਹੋਏਗੀ $20,526, $20,526 ਤੁਹਾਡੀ ਇੱਕ ਸਾਲ ਦੀ ਟਿਊਸ਼ਨ ਫੀਸ ਹੋਏਗੀ। ਪ੍ਰੀ ਕੰਪਿਊਟਰ ਸਾਇੰਸ ਕੋਰਸ ਹੁੰਦਾ ਉੱਥੇ, ਬੈਚਲਰ ਡਿਗਰੀ ਹੈ ਤੁਹਾਡੀ, ਅਤੇ ਉਹਦੇ ਵਿੱਚ ਜਿਹੜੇ ਤੁਸੀਂ ਫੰਡ ਸ਼ੋਅ ਕਰਾਉਣੇ ਨੇ ਉਹ ਕਰਵਾਉਣੇ ਨੇ ਤੁਸੀਂ $56,000 ਦੇ, ਅਰਾਊਂਡ ਅਰਾਊਂਡ ਤੁਹਾਡਾ ਇਹ 30 ਤੋਂ 35 ਲੱਖ ਦੇ ਵਿੱਚ ਬਣਨਗੇ ਤੁਹਾਡੇ ਉਹ ਫੰਡ ਹੋਣੇ ਚਾਹੀਦੇ ਨੇ। ਤੁਸੀਂ 2 ਤੋਂ ਲੈ ਕੇ 3 ਸਪੋਂਸਰ ਨੂੰ ਐਡ ਕਰ ਸਕਦੇ ਹੋ, ਪਰ ਉਹ ਹਰ ਇੱਕ ਪਰਸਨ ਤੁਹਾਡੇ ਰਿਲੇਸ਼ਨ 'ਚ ਹੋਣਾ ਚਾਹੀਦਾ, ਤੁਹਾਡਾ ਫੈਮਿਲੀ ਮੈਂਬਰ ਹੋਣਾ ਚਾਹੀਦਾ, ਬਾਹਰਲਾ ਕੋਈ ਪਰਸਨ ਤੁਹਾਡਾ ਫੰਡ ਸ਼ੋਅ ਨਹੀਂ ਕਰਵਾ ਸਕਦਾ। ਠੀਕ ਠੀਕ ਹੈ।